ਕਲਕੱਤਾ ਹਾਈ ਕੋਰਟ ਨੇ ਟੀਚਰ ਭਰਤੀ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਬੰਗਾਲ ਸਰਕਾਰ ਵੱਲੋਂ ਆਯੋਜਿਤ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਿੱਖਿਅਕ ਤੇ ਗੈਰ ਸਿੱਖਿਅਕ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਨੇ। 2016 ਵਿੱਚ ਸੂਬਾ ਪੱਧਰੀ ਪ੍ਰੀਖਿਆ ਜ਼ਰੀਏ ਇਹ ਸਾਰੀਆਂ ਭਰਤੀਆਂ ਹੋਈਆਂ ਸਨ, ਜਿਸ ਵਿੱਚ ਘਪਲੇ ਦੇ ਦੋਸ਼ ਲੱਗੇ ਨੇ। ਇਸ ਫੈਸਲੇ ਦਾ ਅਸਰ ਗਰੁੱਪ ਸੀ, ਡੀ ਅਤੇ 9ਵੀਂ, 10ਵੀਂ, 11ਵੀਂ, 12ਵੀਂ ਕੈਟਾਗਰੀ ਤਹਿਤ ਭਰਤੀ ਕੀਤੇ ਗਏ ਸਾਰੇ ਟੀਚਰਾਂ 'ਤੇ ਪਵੇਗਾ। ਫੈਸਲੇ ਨਾਲ ਲਗਭਗ 24,000 ਟੀਚਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਉਹਨਾਂ ਨੂੰ ਵਿਆਜ ਸਣੇ 8 ਸਾਲ ਦੀ ਤਨਖਾਹ ਵਾਪਸ ਕਰਨੀ ਹੋਵੇਗੀ। ਜਸਟਿਸ ਦੇਬਾਂਸੂ ਬਸਾਕ ਅਤੇ ਜਸਟਿਸ ਮੁਹੰਮਦ ਸ਼ਬਰ ਰਸ਼ੀਦੀ ਦੀ ਬੈਂਚ ਨੇ ਇਸ ਮਾਮਲੇ 'ਤੇ ਸੁਣਵਾਈ ਕੀਤੀ ਹੈ। ਅਦਾਲਤ ਨੇ ਨਿਯੁਕਤ ਲੋਕਾਂ ਨੂੰ 6 ਹਫ਼ਤੇ ਦੇ ਅੰਦਰ ਆਪਣੀ ਤਨਖਾਹ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਨਾਲ ਹੀ ਸੂਬਾ ਸਰਕਾਰ ਨੂੰ ਨਵੀਂ ਭਰਤੀ ਮੁਹਿੰਮ ਚਲਾਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਇਹ ਵੀ ਕਿਹਾ ਗਿਆ ਸੀ ਕਿ CBI ਮਾਮਲੇ ਵਿੱਚ ਆਪਣੀ ਜਾਂਚ ਅੱਗੇ ਜਾਰੀ ਰੱਖੇਗੀ। ਇਸ ਤੋਂ ਇਲਾਵਾ ਉਸਨੂੰ 3 ਮਹੀਨਿਆਂ ਵਿੱਚ ਇੱਕ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 24,460 ਖਾਲੀ ਅਹੁਦਿਆਂ ਲਈ 23 ਲੱਖ ਤੋਂ ਵੱਧ ਉਮੀਦਵਾਰਾਂ ਨੇ 2016 ਵਿੱਚ ਪ੍ਰੀਖਿਆ ਦਿੱਤੀ ਸੀ। ਇਸ ਭਰਤੀ ਨੂੰ ਲੈ ਕੇ 5 ਤੋਂ 15 ਲੱਖ ਰੁਪਏ ਤੱਕ ਦੀ ਰਿਸ਼ਵਤ ਦੇਣ ਦੇ ਦੋਸ਼ ਲੱਗੇ ਨੇ। ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਅਤੇ SEC ਦੇ ਹੁਕਮ 'ਤੇ ਹਾਈਕੋਰਟ ਨੇ ਬੈਂਚ ਦਾ ਗਠਨ ਕੀਤਾ। ਜਸਟਿਸ ਦੇਬਾਂਸੂ ਬੁਸਾਕ ਅਤੇ ਜਸਟਿਸ ਮੁਹੰਮਦ ਸ਼ਬਰ ਦੀ ਡਿਵੀਜ਼ਨ ਬੈਂਚ ਨੇ ਇਸ 'ਤੇ ਸੁਣਵਾਈ ਕੀਤੀ ਹੈ, ਜੋ ਕਿ SSC ਵੱਲੋਂ ਵੱਖ ਵੱਖ ਸ਼੍ਰੇਣੀਆਂ ਵਿੱਚ ਨਿਯੁਕਤ ਲਈ ਉਮੀਦਵਾਰਾਂ ਦੀ ਚੋਣ ਨਾਲ ਸੰਬੰਧਿਤ ਕਈ ਪਟੀਸ਼ਨਾਂ 'ਤੇ ਅਪੀਲਾਂ ਨੂੰ ਲੈ ਕੇ ਹੋਈ ਹੈ।